بسم اللہ الرحمن الرحیم السلام علیکم ربیب خان صاحب فیس بک پیج 55 کے نال ربیب خان صاحب وی لا یوٹیوب چینل تو تمام دوستاں کو خوش آمدیداں دوستو میں تواری خدمت وچ اج ہی ایک ٹیکنیکل ویڈیو جریو سامنے پیش کریندا پیاں اج میں توہا کو دسےن دا پیاں کہ ایک سولر فریم جڑا کہ چھوٹا منی فکسنگ سولر فریم اے پیا او کیویں تیار کیتا پے نال اس دے واسطے کیا کیا میٹیریل چاہی دا اے اور کتنی لاگت آندی اے اور ایں دے اوتے ਕਿੰਨੇ ਪਲੇਟਾਂ ਦੇ ਰਹੇ ਨੇ 545 ਵਾਟ ਦੇ ਫਿੱਟ ਥੀਨ ਸਾਉਣ ਸਦੇ ਦੇ ਪਵੇ ਇਹ ਜਰਾ ਫਰੇਮ ਹੈ ਪਿਆ ਜਿਹੜੀ ਡਬਲ ਨੈਕ ਦੇ ਉੱਤੇ ਚਲਦਾ ਯਾਨੀ ਕਿ ਨੈਕ ਹੀ ਕਿੰਦੀ ਬੜਾ ਦਿੱਤੀ ਗਈ ਹੈ ਔਰ ਇੱਕ ਫਿਕਸਿੰਗ ਫਰੇਮ ਹੈ ਪਿਆ ਇੰਦੀ ਜਿਹੜੀ ਬੋਟਮ ਹੈ ਪਈ ਔਰ ਇਹਦੇ ਵਾਸਤੇ ਇਹ ਜਿਹੜੀ ਨੈਕ ਦੇ ਵਿੱਚ ਇਹਦੇ ਚ ਇਹ ਪੈ ਪਾਰੀ ਤਵੇਸੀ ਬਾਕਾਇਦਾ ਤੌਰ ਤੇ ਇਹ ਰੋਲਿੰਗ ਵਗੈਰਾ ਵੀ ਕਰੇ ਸੀ ਯਾਨੀ ਕਿ ਜਰਾ ਸੁਣਦੇ ਪਵੇ ਇਹਦਾ ਮਟੀਰੀਅਲ ਹੈ ਪਿਆ 플ਾਂਜ ਵਗੈਰਾ ਵੀ ਕੁਝੀ ਕੁ ਲੱਗਦਨ ਦੇ ਨਾਲੇ ਕੁਝ ਪਲੇਟਾਂ ਵਗੈਰਾ ਜੇ ਰਹੇ ਕੋਈ ਗਾਰਡਰ ਦੀ ਫਿਕਸਿੰਗ ਵਾਸਤੇ ਉਹ ਵੀ ਇਹ ਕੁ ਜ਼ਰੂਰ ਲਗ ਦੇਣ ਇਹ ਫਲੰਜ ਜਿਹੜੇ ਇਹਨੇ ਸਾਹਮਣੇ ਦੇਦੇ ਪਾਵੇ ਇਹ ਕੁ ਯਾਨੀ ਕਿ ਫਰੇਮ ਕੋ ਉੱਪਰ نیچے ਜਾਂ ਇਹ ਕੁ ਸਾਈਡ ਤੇ ਮੋੜਨ ਵਾਸਤੇ ਯਾਨੀ ਕਿ ਜਿਹੜਾ ਨਾ ਇਹਦੇ ਵਾਸਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਹਿੰ ਤਾਂ ਇਹ ਚੀਜ਼ਾਂ ਜਿਹੜੇ ਕੁ ਅਸਾਂ ਸਕ੍ਰੈਪ ਦੇ ਵਿੱਚੋਂ ਯਾਨੀ ਕਿ ਵਨ ਕੇ ਬਾਜ਼ਾਰ ਤੋਂ ਖੁਦ ਜਿਹਰੇ ਉਹ ਅਸਾਂ ਗਿਦਣ ਇਹ ਸਾਹਮਣੇ ਨੌਜਵਾਨ ਲੱਗੇ ਹਨ ਮਾਸ਼ਾਅੱਲਾ ਮਿਸਤਰੀ ਸਹਿਬਾਨ ਜਿਹੜੇ ਕਿ ਇਸ ਦੀ ਤਿਆਰੀ ਕਰਦੇ ਪੈਨ ਮੁਕੰਮਲ ਹੀ ਕੋ ਬਣਦੇ ਪੈਨ ਇਹ ਹੋਣ ਇੱਕ ਨੈਕ ਦੀ ਤਿਆਰ ਕਰਕੇ ਤੇ ਦੂਜੀ ਨੈਕ ਜਿਹੜੀ ਉਹਦੇ ਵਿੱਚ ਇਹ ਯਾਨੀ ਕਿ ਜਿਹੜਾ ਨਾ ਇਹ ਪੈਪ ਵਗੈਰਾ ਗੁਜ਼ਰਦੇ ਪੈਨ ਤਾਂ ਕਿ ਦੇਦੇ ਪੈਨ ਕਿ ਭਈ ਇਹ ਕੋਈ ਟੂਲ ਵਗੈਰਾ ਨਾ ਕਰਨਾ ਪਵੇ ਤਾਂ ਦੋਸਤੋ ਇਹ ਜਿਹੜਾ ਹੈ ਪੀਆ ਇਹ ਤਕਰੀਬਨ ਜਿਹੜਾ ਐਸਟੀਮੇਟ ਹੈ ਸਾਡਾ ਉਹਦੇ ਮੁਤਾਬਕ ਅਸੀਂ ਇਹ ਕੋ 200 ਕੇਜੀ ਯਾਨੀ ਕਿ 200 ਕਿਲੋ ਦੇ ਦਰਮਿਆਨ ਅਸਾਂ ਇੱਕ ਤਿਆਰ ਕਰਨੇ ਸਾਰੀ ਕੋਸ਼ਿਸ਼ ਇਹ ਹੈ ਕਿ ਅਸਾਂ ਆਪਣੇ weight ਪਲੇਟਾਂ ਦੇ weight ਦੇ ਮੁਤਾਬਕ ਤੇ ਉਹਨਾਂ ਦੀ ਫਿਕਸਿੰਗ ਦੇ ਮੁਤਾਬਕ ਯਾਨੀ ਕਿ ਇੱਕ ਚੀਜ਼ ਔਰ ਆਪਣੀ ਸਕਤ ਔਰ ਆਪਣੀ ਫਰੀਨ ਦੇ ਮੁਤਾਬਕ ਅਸਾਂ ਤਿਆਰ ਕਰਨੇ ਦੇ ਪੈਣ ਤੇ ਇਹ ਚੀਜ਼ਾਂ ਤੋਂ ਦੋਸਤੋ ਤੋਂ ਕੋਈ ਖਾਣ ਦਾ ਮਕਸਦ ਇਹ ਹੈ ਕਿ ਕੋਈ ਦੋਸਤ ਵੀ ਇਹੋ ਜਿਹੀ ਚੀਜ਼ ਆ ਇਹ ਦੇਖ ਕੇ ਯਾਨੀ ਕਿ ਬਣਵਾ ਵੀ ਸਕਦਾ ਹੈ ਇਹੋ ਹੀ ਕਰ ਸਕਦਾ ਹੈ ਤੇ ਨਾਲੇ ਇਹ ਅਸਾਂ ਹੁਣੀ ਦੀ ਜਿਹੜੀ ਮੁਕੰਮਲ ਇਹ ਹੁਣੇ ਦੀ ਰੂਫ ਜਿਹੜੀ ਉਹ ਤਿਆਰ ਥੀਂਦੀ ਪੀ ਜਿਹਦੇ ਉੱਤੇ ਅਸਾਂ ਪਲੇਟਾਂ ਫਿਕਸ ਕਰਨੇ ਜਿਹਦੇ ਵਿੱਚ ਗਾਰਡਰ ਵਗੈਰਾ ਵੀ ਲੱਗੇ ਹੋਣ ਚੈਨਲ ਵੀ ਹੈ ਪਿਆ ਤੇ ਨਾਲੇ ਪਾਈਪ ਵੀ ਹੁੰਦਾ ਹੈ ਇਹ ਸਾਵਣ ਸਦੇ ਦੇ ਪਵੇ ਇਹ ਚਾਰ ਪਾਈਪ ਰੂ ਪੈਨ ਇਹਨਾਂ ਦੀ ਹਰ ਹਰ ਇਹਦੇ ਮੁਤਾਬਕ ਯਾਨੀ ਕਿ ਪਲੇਟ ਦੀ ਪਰਮੈਸ਼ ਦੇ ਮੁਤਾਬਕ ਸوراਖ ਵਗੈਰਾ ਕਰ ਦਿੱਤੇ ਗਏ ਤੇ ਨਾਲੇ ਇਕੂ ਰੰਗ ਵਗੈਰਾ ਕਲਰ ਵਗੈਰਾ ਵੀ ਮੁਕੰਮਲ ਥੀ ਗਏ ਏ ਹੁਣ ਬਿਲਕੁਲ ਮੁਕੰਮਲ ਥੀ ਗਏ ਤੇ ਅਸਾਂ ਹੀ ਕੋ ਫਿਕਸਿੰਗ ਵਾਸਤੇ ਆਪਣੇ ਦੋਸਤੋ ਇਹ ਜਿਹੜਾ ਇੱਕ ਮਿਨੀ ਫਰੇਮ ਹੈ ਇੰਦੀ ਕੋਈ ਫਿਕਸਿੰਗ ਵਾਸਤੇ ਕੋਈ ਅਸਾ ਮਸਲਾ ਕਹਿ ਨਹੀਂ ਅਸਾਂ ਇੱਕ ਮਿਸਤਰੀ ਕੋ ਲਾ ਕੇ ਜ਼ਮੀਨ ਦੇ ਵਿਜਨਿੰਗ ਇੱਕ ਬਰਜ਼ੀ ਜਿਹਨ ਜਰੀਏ ਉਹ ਅਸਾਂ ਬਣਵਾ ਦੇਸੂ ਸਾਮਣੇ ਦੇ ਦੇ ਪਾਵੇ ਮਿਸਤਰੀ ਸਾਹਿਬ ਕੰਮ ਕਰਦੇ ਪੈਨ ਤੇ ਇਹ ਇੰਦੀ ਵਿੱਚ ਬਲਾ ਚਾਰ ਸਰੀਏ ਲਾ ਕੇ ਮੁਕੰਮਲ ਤੌਰ ਤੇ ਅਸਾਂ ਕੋ ਭਰਾਈ ਕਰ ਦੇਸੂ ਭਰਾਈ ਕਰਨ ਦੇ ਬਾਅਦ ਜਿਸ ਟਾਈਮ ਇਹ ਖੁਸ਼ਕ ਥੀ ਵੈਸੀ ਅਸੀਂ ਉਹਤੇ ਇਹ ਹੁਣ ਫਿਕਸ ਕਰਦੇ ਪੈ ਹੈ ਯਾਨੀ ਕਿ ਫਰੇਮ ਤੇ ਇਸ ਸਾਹਮਣੇ ਦੇ ਦੇ ਪਾਵੇ ਇਹ ਮੁਕੰਮਲ ਤੌਰ ਤੇ ਅਸਾਂ ਹੁਣੇ ਦੀ ਜਰੀ ਮਿਸਤਰੀ ਸਹਿਬਾਨ ਨੂੰ ਲੱਗੇ ਹੋਏ ਨੇ ਕੋ ਮਕੈਨਿਕ ਜਿਹਨਾਂ ਲੋਕਾਂ ਨੇ ਇਹ ਬਣਾਏ ਉਹ ਬਕਾਇਦਾ ਤੌਰ ਤੇ ਇਸ ਦੀ ਫਿਟਿੰਗ ਕਰਦੇ ਪੈਣ ਤੇ ਤੁਸਾਂ ਸਾਹਮਣੇ ਦੇ ਦੇ ਪਾਵੇ थोड़ा जहां टाइम गुजरण तो बाद यानी कि अगर जो उत प्लेटा वगैरह भी मुकम्मल तौर त फिक्स कर न और ये सारा फ्रेम बिल्कुल तैयार थी गए तो ईद उत इस टाइम यानी कि डा प्लेटा जड़ीन य लाया हुया डू डू प्लेट आज साइडा गोल् एक एक प्लेट असहद न फिट की दोस् आखिर त में तो ऐसे कि भाई अस तकरीबन आ, न, टीन यानी कि नवे हज़ार दरम्यान असेंगु तैयार की थे आखिर तै तमाम दोस्तों को गुजारिश करेसों तो मेरा फेसबुक पेज अरीब खानजाद लाजमी फॉलो तो शेयर करे नाले मेरा यूट्यूब चैनल अरीब खानद